किसान वीरों, राम राम, सत श्री अकाल, नमस्कार सारे किसान भरावां दा ट्रैक्टर सैन खेती टैक यूट्यूब चैनल एंड फेसबुक पेज ते मोस्ट वेलकम है। ते जो अपनी अज दी वीडियो है किसान वीरों, अज ना आपां जांदे पए आं ट्रैक्टर लैके पंप ते जांदा पिया मैं डीजल भरवाण इहदे च। ते इहदी ना अज आपां 605 अर्जुन इहदी टैंकी फुल करावांगे। आपां इह देख सकदे हो ਇਹ ਜਿਹੜੀ ਇਹਦੀ ਤੇਲ ਵਾਲੀ ਆ ਮੀਨਿੰਗ ਬਿਲਕੁਲ ਰਿਜ਼ਰਵ 'ਤੇ ਆ ਗਏ ਦਾ, ਜਿਹੜੀ ਲਾਲ ਜਿਹੀ ਹੁੰਦੀ ਆ ਉਹ ਆ ਅਤੇ ਫੁੱਲ ਦਿਖਾਂਗੇ ਆਪਾਂ ਵੀ ਕਿੰਨੇ 'ਚ ਹੁੰਦੀ ਆ ਟੈਂਕੀ ਦੀ, ਕਿੰਨਾ ਡੀਜ਼ਲ ਪੈਂਦਾ ਇਹਦੇ 'ਚ। ਮੇਰੇ ਖਿਆਲ ਨਾਲ 55-60 ਲੀਟਰ ਦੀ ਕਹਿੰਦੀ ਆ ਕੰਪਨੀ ਜਿਹੜੀ ਟੈਂਕੀ ਹੈਗੀ ਆ ਇਹਦੀ, ਅਤੇ ਕੋਈ 10 ਕੁ ਲੀਟਰ ਡੀਜ਼ਲ ਹੋਣਾ ਕਿਸਾਨ ਵੀਰੋ ਇਹਦੇ 'ਚ। ਤਾਂ ਬਾਕੀ ਪੰਪ 'ਤੇ ਆ ਕੇ ਮਿਲਦੇ ਹਾਂ ਤੁਹਾਨੂੰ, ਤਾਂ ਦੇਖਦੇ ਹਾਂ ਵੀ ਕਿੰਨਾ ਡੀਜ਼ਲ ਪੈਂਦਾ, ਕਿੰਨੇ 'ਚ ਫੁੱਲ ਹੁੰਦੀ ਆ। ਅਤੇ ਉਹ ਤੋਂ ਬਾਅਦ ਫੁੱਲ ਕਰਾ ਕੇ ਅਤੇ ਖੇਤਾਂ 'ਚ ਚਲਾਂਗੇ ਕਿਸਾਨ ਵੀਰੋ। ਉੱਥੇ ਜਾ ਕੇ ਨਾ ਫਿਰ ਤੁਹਾਨੂੰ ਖੇਤਾਂ 'ਚ ਦਿਖਾਵਾਂਗੇ ਆਪਾਂ ਵੀਡੀਓ। ਲਓ ਜੀ ਕਿਸਾਨ ਵੀਰੋ, ਸਾਹਮਣੇ ਆ ਗਿਆ ਪੰਪ, ਪੰਪ 'ਤੇ ਪੁੱਜ ਗਏ ਆਪਾਂ। ਤਾਂ ਦੇਖਦੇ ਹਾਂ ਹੁਣ ਫਿਰ ਕਿੰਨੇ 'ਚ ਫੁੱਲ ਹੁੰਦੀ ਆ ਟੈਂਕੀ ਆ ਜਿਹੜੀ ਟਰੈਕਟਰ ਦੀ। ਵੀਡੀਓ 'ਚ ਬਣੇ ਰਹੋ ਤੁਸੀਂ, ਕਹਾਂਗੇ ਆਪਾਂ ਬਾਈ ਨੂੰ ਵੀ ਬਾਈ ਫੁੱਲ ਕਰ ਦੇ, ਫੁੱਲ ਕਰ ਦੀ। ਬਾਈ ਪੈਟਰੋਲ ਪਵਾਉਂਦਾ ਪਿਆ ਪਹਿਲੇ ਕੋਈ, ਅਤੇ ਇੱਥੋਂ ਹੀ ਆਪਾਂ ਡੀਜ਼ਲ ਭਰਵਾਵਾਂਗੇ। ਇਹ ਦੇਖ ਲਓ ਕਿਸਾਨ ਵੀਰੋ, ਜਿਹੜੀ ਡੀਜ਼ਲ ਵਾਲੀ ਆ ਨਾ ਇਹਦੀ ਫਿਊਲ ਵਾਲੀ, ਇਹ ਫਿਊਲ ਵਾਲੀ, ਇਹ ਲਾਲ 'ਤੇ ਆ ਗਈ ਦੀ ਆ ਸੂਈ ਆ ਜਿਹੜੀ ਲਾਲ 'ਤੇ, ਤਾਂ ਲਾਲ ਤੋਂ ਉੱਤੇ ਦਿਖ ਰਿਹਾ ਕਿੰਨਾ ਡੀਜ਼ਲ ਪੈਂਦਾ ਇਹਦੇ 'ਚ ਫੁੱਲ ਹੁੰਦੀ ਆ। ਫੁੱਲ ਕਰਨੀ ਆ ਫੁੱਲ, ਜੀਰੋ ਹੋ ਗਈ ਆ ਕਿਸਾਨ ਵੀਰੋ ਡਿਲੀਵਰੀ ਸਾਹਮਣੇ। ਠੀਕ ਆ ਠੀਕ ਆ, ਪਾਓ ਤਾਂ ਦੇਖਦੇ ਹਾਂ ਕਿੰਨੇ ਦਾ ਪੈਂਦਾ ਇਹਦੇ 'ਚ। ਸਟਾਰਟ ਹੋ ਗਿਆ ਉੱਧਰ, ਮੀਟਰ ਦੇਖ ਲਓ, ਦੇਖਦੇ ਜਾਇਓ ਤੁਸੀਂ ਕਿੰਨੇ 'ਚ ਫੁੱਲ ਹੁੰਦੀ ਆ। ਇੱਧਰ ਬਾਈ ਪਾਉਂਦਾ ਪਿਆ, ਤਾਂ ਵੀਡੀਓ ਰੋਕ ਲੈਂਦੇ ਆਪਾਂ, ਜਿਲ ਫੁੱਲ ਹੁੰਦੀ ਆ ਫਿਰ ਤੁਹਾਨੂੰ ਦਿਖਾਉਂਦੇ ਹਾਂ ਪਿੰਨੇ 'ਚ ਫੁੱਲ ਹੋਈ ਆ। 2600 ਦਾ ਪੈ ਗਿਆ ਕਿਸਾਨ ਵੀਰੋ ਅਜੇ ਤੱਕ, ਅਤੇ 2700 ਤੋਂ ਉੱਤੇ ਦੇਖਣਾ ਕਿੰਨੇ ਦਾ ਪੈਂਦਾ। ਰੇਟ ਆ ਜਿਹੜਾ ਡੀਜ਼ਲ ਦਾ ਇਸਲੇ ਲਗਭਗ ਤੁਹਾਨੂੰ ਪਤਾ 100 ਦੇ ਲਾਗੇ ਛਾਗੇ ਹੀ ਆ, 87 ਰੁਪਏ 30 ਪੈਸੇ ਆ ਕਿਸਾਨ ਵੀਰੋ, ਲਗਭਗ 90 ਦੇ ਲਾਗੇ ਛਾਗੇ। ਵੱਡਾ ਟਰੈਕਟਰ ਹੈ ਕਿਸਾਨ ਵੀਰੋ, ਜੇ ਤੇਲ ਖਾਂਦਾ ਤਾਂ ਫਿਰ ਕੰਮ ਵੀ ਕਰਦਾ ਇਹਦੇ 'ਚ, ਤਾਂ ਕੋਈ ਸ਼ੱਕ ਨਹੀਂ। ਇਹ ਦੇਖਦੇ ਹਾਂ ਆ ਗਿਆ ਉੱਪਰ ਤੱਕ, ਥੱਲੇ ਨਾ ਪਏ ਦੇਖੀ ਧਿਆਨ ਨਾਲ। ਚੱਲ ਬਸ ਕਰ ਬਸ ਕਰ, ਕਿੰਨਾ ਹੋਇਆ ਉੱਧਰ? 4700 ਦਾ ਕਰਦੇ। ਚੱਲ ਪੈ ਲੈਂਦੇ ਪੈ ਲੈਂਦੇ। ਚੱਲ ਇਹ ਦੇਖ ਲਓ ਕਿਸਾਨ ਵੀਰੋ, ਫੁੱਲ ਹੋ ਗਈ ਆ ਉੱਪਰ ਤੱਕ, ਅਤੇ 4700 ਦਾ ਪਿਆ ਇਹਦੇ 'ਚ ਡੀਜ਼ਲ, 4700 ਦਾ ਪਿਆ, ਤਾਂ ਕੋਈ 10 ਲੀਟਰ ਪਹਿਲੇ ਵੀ ਹੈਗਾ ਸੀ ਇਹਦੇ 'ਚ ਲਾਲ ਸੂਈ। ਤਾਂ ਟਰੈਕਟਰ ਆਪਾਂ ਰੱਖਦੇ ਹਾਂ ਸਟਾਰਟ, ਕਿਆ ਦੇਖ ਲਓ ਮਗਰ ਹੱਲਾਂ ਕਿਸਾਨ ਵੀਰੋ, ਜਾ ਕੇ ਹੁਣ ਪੈਲੀ ਪਾਉਣੀ ਆ ਆਪਾਂ। ਤਾਂ 4700 ਦੀ ਜਿਹੜੀ ਮੈਂ ਪੇਮੈਂਟ ਕਰਨੀ ਆ ਕਿਸਾਨ ਵੀਰੋ, ਇਹਦੇ ਥਰੂ ਕਰਨੀ ਆ, ਮੀਨਿੰਗ UPI ਦੇ ਥਰੂ ਮੈਂ ਪੇਮੈਂਟ ਕਰਾਂਗਾ। ਤਾਂ ਪੇਮੈਂਟ ਕਰ ਲੈਂਦਾ ਤਾਂ ਫਿਰ ਆਪਾਂ ਮਿਲਦੇ ਹਾਂ ਵੀਡੀਓ 'ਚ, ਤਾਂ ਉਦੋਂ ਤੱਕ ਆਪਾਂ ਵੀਡੀਓ ਨੂੰ ਫਿਰ ਰੋਕ ਲੈਂਦੇ ਹਾਂ। ਪੇਮੈਂਟ ਕਰਦਾ ਪਹਿਲੇ ਮੈਂ 4700 ਰੁਪਏ ਦੇ ਥਰੂ। ਕਿਸਾਨ ਵੀਰੋ ਪੇਮੈਂਟ ਆਪਾਂ ਦਿੱਤੀ ਆ ਘਰ, ਤਾਂ ਪੇਮੈਂਟ ਕਰਕੇ ਹੁਣ ਚੱਲਦੇ ਹਾਂ ਫਿਰ ਖੇਤ 'ਚ। ਉਹ ਥੋੜ੍ਹਾ ਟਾਈਮ ਲੱਗ ਗਿਆ ਉਹਦੇ ਸਕੈਨ ਕਰਨ ਲੱਗੇ ਕੋਡ ਵਗੈਰਾ, ਅਤੇ ਇਹਦਾ ਜਿੱਦਾਂ 13 ਟਿੱਲਰ ਆ ਕਲਟੀਵੇਟਰ, ਅਤੇ ਰੋਡ 'ਤੇ ਆਪਾਂ ਘੱਟ ਹੀ ਲੈ ਕੇ ਚੜ੍ਹਨੇ ਹਾਂ, ਕਿਉਂਕਿ ਵੱਡੇ ਆ ਕਿਸਾਨ ਵੀਰੋ, ਤਾਂ ਖਤਰਾ ਰਹਿੰਦਾ ਵੀ ਕਿਸੇ ਦੇ ਨਾਲ ਨਾ ਲੱਗ ਜਾਣ। ਇਹ ਤਾਂ ਤੇਲ ਪਵਾਉਣਾ ਸੀ ਅਤੇ ਮਗਰ ਪਾਏ ਦੇ ਸੀ, ਅਤੇ ਜਾ ਕੇ ਪੈਲੀ ਪਾਉਣੀ ਆ, ਇਸ ਕਰਕੇ ਮੈਂ ਨਾਲ ਹੀ ਰਹਿੰਦੇ ਹਾਂ, ਨਹੀਂ ਤਾਂ ਮੈਂ ਲਾ ਦਿੰਦੀ ਸੀ। ਅਤੇ ਤੁਸੀਂ ਕੋਸ਼ਿਸ਼ ਕਰੇ ਕਰੋ ਵੀ ਜੇ ਟਿੱਲਰਾਂ ਜਿੱਦਾਂ ਵੱਡੀਆਂ ਕਿਸਾਨ ਵੀਰੋ, ਤਾਂ ਉਹ ਮਗਰੋਂ ਮੀਨਿੰਗ ਲਾ ਕੇ ਅਤੇ ਫਿਰ ਹੀ ਰੋਡ 'ਤੇ ਚਲਿਆ ਜਾਏ, ਕਿਉਂਕਿ ਗੱਲ ਇੱਦਾਂ ਵੀ ਜਿੱਦਾਂ ਵੱਡੇ ਟਿੱਲਰ ਆ 13, ਤਾਂ ਤੁਸੀਂ ਕਿੰਨਾ ਵੀ ਬਚਾ ਲਓਗੇ ਕਿਸਾਨ ਵੀਰੋ, ਜੇ ਕਿਸੇ ਨੇ ਲਿਆ ਕੇ ਵਿੱਚ ਮਾਰਤਾ ਤਾਂ ਵੀ ਪੰਗਾ ਤੁਹਾਡੇ ਲਈ ਪੈਣਾ। ਅਤੇ ਇਸੇ ਕਰਕੇ ਕੋਸ਼ਿਸ਼ ਆ ਵੀ ਰੋਡ 'ਤੇ ਘੱਟ ਹੀ ਆਪਾਂ ਲੈ ਕੇ ਜਾਈਦਾ ਐਡੀਆਂ ਵੱਡੀਆਂ ਟਿੱਲਰਾਂ ਜਿਹੜੀਆਂ। ਇਹ ਤਾਂ ਹੁਣ ਜਿੱਦਾਂ ਪੈਲੀ ਪੂਲੀ ਬੰਨ੍ਹਦੇ ਪਏ ਹਾਂ, ਤੇਲ ਪਵਾਉਣਾ ਸੀ ਅਤੇ ਮੈਂ ਨਾਲ ਹੀ ਲੈਣ ਦੀਆਂ, ਨਹੀਂ ਤਾਂ ਅਦਰਵਾਈਜ਼ ਖਾਲੀ ਟਰੈਕਟਰ ਹੀ ਲਿਆਈਦਾ ਕਿਸਾਨ ਵੀਰੋ, ਇਕੱਲਾ ਡੀਜ਼ਲ ਭਰਾ ਕੇ ਅਤੇ ਫਿਰ ਜਾ ਕੇ ਹੱਲਾ ਪਾਈ ਦੀਆਂ।
रोड ते चढ़ गए आपां फिर संताली सौ का किसान भीरो इहदे च पिया डीजल तुसीं देखिया ही आ ते कोई 10 लीटर पहले ही ते कहिंदा मीनिंग है भी जे फुल करानी है टैंकी तुसीं 605 दी अज दे टाइम च अर्जुन 605 दी जिहड़ी टैंकी आ फुल कराओगे डीजल दी ते लगभग 5000 तो साढ़े 5500 रुपए दे लगभग फुल होनी आ किसान भीरो हो सकदा 5500 तो भी ज़्यादा पै जाए 6000 5500 तो लैके 6000 दे विच विच जे टैंकी आ जिहड़ी ਇਹ ਫੁੱਲ ਹੁੰਦੀ ਆ ਅਰਜੁਨ ਦੀ ਅਤੇ ਕੋਈ ਟਾਈਮ ਹੀ ਕਿਸਾਨ ਵੀਰੇ ਜਦੋਂ ਆਪਾਂ 10 ਸਾਲ ਇਸ ਟਰੈਕਟਰ ਨੂੰ ਹੋ ਗਿਆ ਲੈਦੇ ਅਤੇ ਇਹ ਤੋਂ ਪਹਿਲੇ ਵੀ 7 ਸਾਲ ਆਪਾਂ ਅਰਜੁਨ ਚਲਾਇਆ ਉਹ ਪੁਰਾਣਾ ਮਾਡਲ ਹੀ ਇਹ 2013 'ਚ ਲਿਆ ਉਹ ਤੋਂ ਪਹਿਲੇ 7 ਸਾਲ ਅਤੇ 17-18 ਸਾਲ ਹੋ ਗਿਆ ਉਹਨੂੰ ਅਰਜੁਨ 605 ਚਲਾਉਂਦੇ ਅਤੇ ਜਦੋਂ ਅਸੀਂ ਸਟਾਰਟਿੰਗ 'ਚ ਲਿਆ ਸੀ ਨਾ 17 ਸਾਲ ਪਹਿਲੇ ਉਦੋਂ ਕਿਸਾਨ ਵੀਰੋ ਜਿਹੜੀ ਇਹਦੀ ਟੈਂਕੀ ਸੀ ਉਹ ਸਾਰੀ ਮੇਰੇ ਖਿਆਲ ਨਾਲ 2000 ਰੁਪਏ 'ਚ ਫੁੱਲ ਹੋ ਜਾਂਦੀ ਰਹੀ ਆ 2000-1800 ਰੁਪਏ 'ਚ 60 ਲੀਟਰ ਦੀ ਡੀਜ਼ਲ ਦੀ ਟੈਂਕ ਫੁੱਲ ਹੋ ਜਾਂਦਾ ਰਿਹਾ ਅਤੇ ਅੱਜ ਦੇ ਟਾਈਮ 'ਚ ਕਿਸਾਨ ਵੀਰੇ ਉਹੀ 2000 ਵਾਲਾ ਟੈਂਕ ਆ ਜਿਹੜਾ 6000 ਰੁਪਏ 'ਚ ਫੁੱਲ ਹੁੰਦਾ ਪਿਆ 3 ਗੁਣਾ ਮਹਿੰਗਾਈ ਹਿਸਾਬ ਲਾ ਲਓ ਤੁਸੀਂ ਵੱਧ ਗਈ ਆ ਅਤੇ 3 ਗੁਣਾ ਆਮਦਨ ਨਹੀਂ ਵਧੀ ਕਿਸਾਨ ਦੀ ਉਹ ਥੱਲੇ ਨੂੰ ਜਾਣ ਦੀ ਆ ਆਮਦਨ ਆ ਜਿਹੜੀ ਦਿਨੋਂ ਦਿਨ ਕਮਾਈ ਆ ਉਹ ਘੱਟਦੀ ਜਾਣ ਦੀ ਆ ਇਹ ਸਾਹਮਣੇ ਖੇਤ ਆ ਕਿਸਾਨ ਵੀਰੇ ਇੱਧਰ ਆਪਣੇ ਇਹ ਮੇਨ ਰੋਡ ਆ ਜਿਹੜਾ ਅਤੇ ਕਹਿਣ ਦਾ ਮਤਲਬ ਹੈ ਵੀ ਖੇਤੀਬਾੜੀ ਹੈ ਜੇ ਤੁਸੀਂ ਕਹੋ ਵੀ ਬੜੇ ਫਾਇਦੇ ਵਾਲਾ ਸੌਦਾ ਜ਼ਿਆਦਾ ਉਹ ਹੈਗਾ ਨਹੀਂ ਹਲੇ ਜਾਂ ਜੇ ਕਿਸੇ ਦੀ ਬੜੀ ਜ਼ਿਆਦਾ ਪੈਲੀ ਆ ਤਾਂ ਆ ਅਤੇ ਜੇ ਥੋੜ੍ਹੀ ਬਹੁਤ ਪੈਲੀ ਆ ਕਿਸਾਨ ਵੀਰੋ ਤਾਂ ਉਹ ਸੌਦਾ ਨਾ ਐਵੇਂ ਹੀ ਘਾਟੇ ਵਾਲਾ ਹੀ ਆ ਖੇਤੀਬਾੜੀ ਹਲੇ ਕਦੀ ਫਸਲ ਮਰ ਜਾਂਦੀ ਆ ਕਦੀ ਬਾਰਿਸ਼ ਪੈ ਜਾਂਦੀ ਆ ਕਦੀ ਕੁਛ ਕਿਸਾਨ ਵੀਰੋ ਅਤੇ ਇਹ ਜ਼ਰੂਰ ਹੈਗਾ ਇਹ ਪੈਲਸ ਆ ਕਿਸਾਨ ਵੀਰੋ ਇੱਧਰ ਵਿਆਹ ਵਿਊ ਚੱਲਦਾ ਪਿਆ ਆਪਣੇ ਲਾਗੇ ਪੈਲਸ ਹੈਗਾ ਅਤੇ ਇਹ ਗੱਲ ਜ਼ਰੂਰ ਆ ਵੀ ਖੇਤੀਬਾੜੀ ਕਰੋ ਕਿਸਾਨ ਵੀਰੋ ਜ਼ਰੂਰ ਜਿੱਦਾਂ ਆਪਾਂ ਪਹਿਲੇ ਵੀ ਕਹਿੰਦੇ ਹਾਂ ਜਿਹਦੀ ਥੋੜ੍ਹੀ ਖੇਤੀਬਾੜੀ ਆ ਘੱਟ ਆ ਉਹ ਖੇਤੀਬਾੜੀ ਦੇ ਨਾਲ ਨਾਲ ਨਾ ਕੋਸ਼ਿਸ਼ ਕਰੋ ਵੀ ਪੜ੍ਹਾਈ ਲਿਖਾਈ ਜ਼ਰੂਰ ਕਰੋ ਕਿਸਾਨ ਵੀਰੋ ਪੜ੍ਹਾਈ ਲਿਖਾਈ ਕਰਕੇ ਅਤੇ ਨੌਕਰੀ ਲੈ ਲਓ ਅਤੇ ਨੌਕਰੀ ਦਾ ਕਿਸਾਨ ਵੀਰੋ ਆਪਣਾ ਹੀ ਮਜ਼ਾ ਠੀਕ ਹੈ ਨਾ ਜਿਹਦੀ ਤਾਂ ਬੜੀ ਜ਼ਿਆਦਾ ਖੇਤੀ ਆ ਚਲੋ ਉਹਨੂੰ ਤਾਂ ਨਹੀਂ ਲੋੜ ਵੀ ਕਿਆ ਕਰਨੀ ਆ ਨੌਕਰੀ ਪਰ ਜਿਹਦੀ ਥੋੜ੍ਹੀ ਆ ਖੇਤੀਬਾੜੀ ਨਾਲ ਨਹੀਂ ਸਰਦਾ ਤਾਂ ਫਿਰ ਕੋਈ ਹੋਰ ਕੰਮ ਕੁੰਮ ਕਰਨ ਦੀ ਬਜਾਏ ਪੜ੍ਹ ਕੇ ਉਹਨਾਂ 'ਤੇ ਆ ਜਾਏ ਸਟਾਰਟਿੰਗ 'ਚ ਪੜ੍ਹ ਕੇ ਅਤੇ 2-4 ਸਾਲ ਮਿਹਨਤ ਕਰਕੇ ਨੌਕਰੀ ਲੈ ਲਈ ਜਾਏ ਸਰਕਾਰੀ ਇੱਕ ਵਾਰੀ ਅਤੇ ਉਹ ਤੋਂ ਬਾਅਦ ਆਪਣੀ ਨੌਕਰੀ ਵੀ ਕਰੋ ਠਾਠ ਬਾਠ ਨਾਲ ਟੋਰ ਨਾਲ ਅਤੇ ਨਾਲ ਆਪਣਾ ਖੇਤੀਬਾੜੀ ਦਾ ਕਰੋ ਸ਼ੌਂਕੀ ਤੌਰ 'ਤੇ ਫਿਰ ਟੈਨਸ਼ਨ ਨਹੀਂ ਹੋਣੀ ਤੁਹਾਨੂੰ ਕੋਈ ਖੇਤੀਬਾੜੀ 'ਚ ਵੀ ਯਾਰ ਜੇ ਨਹੀਂ ਵੀ ਕੋਈ 4 ਪੈਸੇ ਬਚੇ ਘੱਟ ਵੀ ਬਚ ਗਏ ਤਾਂ ਕੋਈ ਨਹੀਂ ਪਤਾ ਹੁੰਦਾ ਵੀ ਤਨਖਾਹ ਹੈਗੀ ਆ ਉਹ ਮਹੀਨੇ ਦੀ ਮਹੀਨੇ ਆਉਣੀ ਆਉਣੀ ਆ ਅਤੇ ਜਿਹੜਾ ਇਕੱਲਾ ਖੇਤੀਬਾੜੀ 'ਤੇ ਕਿਸਾਨ ਹੁੰਦਾ ਪਤਾ ਹੀ ਹੈ ਤੁਹਾਨੂੰ ਇੱਕ ਫਸਲ ਵੀ ਮਾਰੀ ਗਈ ਤਾਂ ਪੂਰੀ ਉਮਰ ਕਰਜ਼ੇ ਥੱਲੋਂ ਨਹੀਂ ਨਿਕਲ ਪਾਉਂਦਾ ਤਾਂ ਹੀ ਕਿਸਾਨ ਆ ਜਿਹੜੇ ਖੁਦਕੁਸ਼ੀਆਂ ਜ਼ਿਆਦਾ ਕਰਦੇ ਆ ਕਿਉਂਕਿ ਉਹਨਾਂ ਪੂਰਾ ਆਈ ਚਲਾਈ ਚੱਲਦੀ ਆ ਅਤੇ ਜੇ ਇੱਕ ਸੀਜ਼ਨ ਵੀ ਮਿਸ ਹੋ ਗਿਆ ਘਾਟਾ ਪੈ ਗਿਆ ਅਤੇ ਉਹ ਜਿਹੜਾ ਕਿਸਾਨ ਆ ਉਹ ਪੈਰਾਂ 'ਤੇ ਨਹੀਂ ਆ ਪਾਉਂਦਾ ਪੂਰਾ ਮੀਨਿੰਗ ਟਾਈਮ ਇਹ ਕਿਸਾਨ ਵੀਰੋ ਆਪਣਾ ਜਿਹੜਾ ਮੋੜ ਆ ਗਿਆ ਹੁਣ ਪਿੰਡ ਵਾਲਾ ਮੋੜ ਆ ਗਿਆ ਇੱਧਰ ਪਿੰਡ ਮੀਨਿੰਗ ਖੇਤਾਂ ਨੂੰ ਆ ਗਿਆ ਜਿੱਧਰ ਨੂੰ ਰਾਹ ਮੁੜਦਾ ਖੇਤਾਂ ਤੋਂ ਇਹ ਆ ਗਿਆ ਆਪਾਂ ਫਿਰਨੀਆਂ ਮੀਨਿੰਗ ਖੇਤਾਂ ਨੂੰ ਜਾਂਦੀ ਹੈ ਜਿਹੜੀ ਅਤੇ ਇਹ ਗੱਲਬਾਤ ਸੀ ਕਿਸਾਨ ਵੀਰੋ ਜਿਹੜੀ ਆਪਾਂ ਕਰਦੇ ਪਏ ਸੀ ਮੋਟਰਸਾਈਕਲ ਆ ਗਿਆ ਸੀ ਅੱਗੋਂ ਤਾਂ ਜਗ੍ਹਾ ਘੱਟ ਸੀ ਕਿਸਾਨ ਵੀਰੋ ਇਸ ਕਰਕੇ ਪੈਕ ਕਰ ਲਿਆ ਵੀ ਖੇਤੀਬਾੜੀ ਵੀ ਜ਼ਰੂਰੀ ਆ ਅਤੇ ਪੜ੍ਹਾਈ ਲਿਖਾਈ ਵੀ ਜ਼ਰੂਰੀ ਆ ਪੜ੍ਹਾਈ ਲਿਖਾਈ ਕਰੋਗੇ ਅਤੇ ਖੇਤੀਬਾੜੀ ਵੀ ਤੁਸੀਂ ਵਧੀਆ ਟਕਨੀਕ ਨਾਲ ਕਰ ਪਾਓਗੇ ਅੱਜ ਕੱਲ੍ਹ ਤਾਂ ਸਮਾਂ ਇੱਦਾਂ ਦਾ ਕਿਸਾਨ ਵੀਰੋ ਬਿਨਾਂ ਪੜ੍ਹਾਈ ਲਿਖਾਈ ਦੇ ਜਿਹੜਾ ਘੱਟ ਪੜ੍ਹਿਆ ਲਿਖਿਆ ਬੰਦਾ ਉਹਨੂੰ ਜਿੱਦਾਂ ਡੇਲੀ ਦੀ ਨੀਡ ਆ ਡੇਲੀ ਲਾਈਫ ਜੀਣ ਲਈ ਵੀ ਔਖਾ ਹੋ ਜਾਂਦਾ ਕਿਸੇ ਚੰਗੇ ਤੁਸੀਂ ਹੋਟਲ 'ਚ ਚੱਲ ਜਾਓ ਚੰਗੀ ਕਿਸੇ ਸ਼ੋਰੂਮ 'ਚ ਚੱਲ ਜਾਓ ਚੰਗੀ ਜਗ੍ਹਾ 'ਤੇ ਚੱਲ ਜਾਓ ਅਤੇ ਜਿਹੜਾ ਨਹੀਂ ਉਨਾ ਪੜ੍ਹਿਆ ਲਿਖਿਆ ਬੰਦਾ ਉਹਦੇ ਲਈ ਤਾਂ ਉੱਥੋਂ ਸਮਾਨ ਖਰੀਦਣਾ ਜਾਂ ਗੱਲਬਾਤ ਸਾਰਾ ਸਿਸਟਮ ਔਖਾ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਅਤੇ ਇਸ ਕਰਕੇ ਪੜ੍ਹਾਈ ਲਿਖਾਈ ਵੀ ਜ਼ਰੂਰੀ ਆ ਅਤੇ ਬਾਕੀ ਕਿਸਾਨ ਵੀਰੋ ਖੇਤ ਆ ਗਏ ਆਪਣੇ ਹੁਣ ਨਾ ਇਹ ਸਾਹਮਣੇ ਖੇਤ ਆ ਇੱਥੋਂ ਬੈਕ ਕਰ ਲੈਂਦੇ ਹਾਂ ਆਪਾਂ ਇਹ ਖੇਤ ਅੱਗੇ ਜਿਹੜਾ ਬੀਜ ਲਾ ਰਿਹਾ ਇੱਥੋਂ ਬੈਕ ਕਰਕੇ ਆਪਾਂ ਉੱਧਰ ਹੀ ਵਾਹਣੀ ਆ ਕਿਸਾਨ ਵੀਰੋ ਪਹਿਲੀ
ਇਧਰੋਂ ਖੇਤ ਉੱਠ ਗਿਆ। ਹੁਣ ਪੈਲੀ ਬੀ ਖਿਲਾਰਤੇ ਦਾ ਕਿਸਾਨ ਵੀਰੋ ਇੱਥੇ ਤੇ ਬਾਅਦ ਕੇ ਸੁਹਾਗਾ ਮਾਰ ਦੇਣਾ ਬਸ। ਇਹ ਕੁਛ ਕਿਸਾਨ ਵੀਰੋ ਜਾਣਕਾਰੀ ਸੀ, ਆਸ਼ਾ ਕਰਦਾ ਕਿ ਜਾਣਕਾਰੀ ਵਧੀਆ ਲੱਗੀ ਹੋਏਗੀ। ਬਾਕੀ ਕਿਸਾਨ ਵੀਰੋ ਭਾਅ ਜੀ ਖੜ੍ਹੇ ਆ ਸਾਹਮਣੇ ਅਤੇ ਭਾਅ ਜੀ ਚਲਾਉਣਗੇ ਹੁਣ, ਤਾਂ ਮੈਂ ਤੁਹਾਨੂੰ ਨਾ ਵੀਡੀਓ ਬਣਾ ਕੇ ਦੱਸਣਾ, ਫਿਰ ਥੋੜ੍ਹੀ ਵੀਡੀਓ ਬਣਾਉਂਦੇ ਆ ਥੱਲੇ ਉਤਰ ਕੇ ਅਤੇ ਭਾਅ ਜੀ ਚਲਾਉਣਗੇ। ਆ ਜਾਓ। ਹੋਰ ਭਾਅ ਜੀ ਕੀ ਹਾਲ ਚਾਲ? ਠੀਕ ਠਾਕ। ਭਾਅ ਜੀ ਕਹਿੰਦੇ ਕੱਲ੍ਹ ਜਾਣਾ ਬੈਂਕ ਡਿਊਟੀ ਜਾਣਾ ਭਾਅ ਜੀ ਨੇ, ਫਿਰ ਜਿੱਦਾਂ ਦੱਸਿਆ ਅਤੇ ਭਾਅ ਜੀ ਚਲਾਉਣਗੇ ਹੁਣ ਤਾਂ ਮੈਂ ਵੀਡੀਓ ਬਣਾਉਣਾ ਕਿਸਾਨ ਵੀਰੋ। ਪਹਿਲੇ ਮੈਂ ਬਾਈ ਆ ਲਾਏ ਆ 5-7 ਫੇਰੇ, ਅਤੇ ਮੈਂ ਚਲੋ ਭਾਅ ਜੀ ਖੜ੍ਹੇ ਸੀ, ਭਾਅ ਜੀ ਚਲਾਉਂਦੇ ਆ ਤਾਂ ਆਪਾਂ ਵੀਡੀਓ ਬਣਾ ਲੈਂਦੇ ਹਾਂ ਫਿਰ। ਅਤੇ ਇਹ ਜਿਹੜਾ ਖੇਤ ਹੈ ਕਿਸਾਨ ਵੀਰੋ, ਇਹ ਦੇਖ ਸਕਦੇ ਹੋ ਸਾਹਮਣੇ ਰੋਡ ਹੈ ਜਿਹੜਾ, ਇੱਧਰੋਂ ਇਹ J&K ਨੂੰ ਚੱਲ ਜਾਂਦਾ ਰੋਡ ਨਾ, ਇੱਧਰੋਂ ਆਪਣੇ ਦੀਨਾਨਗਰ ਤੋਂ J&K ਨੂੰ ਤਾਰਾਗੜ੍ਹ ਨੂੰ ਹੁੰਦਾ ਹੋਇਆ। ਅਤੇ ਇਹ ਖੇਤ ਹੈ ਇੱਕ, ਇੱਧਰ ਬੀ ਖਿਲਾ ਰਿਹਾ ਸੀ, ਇਹਦੇ 'ਚ ਤੈਨੂੰ ਦੋਰ ਪਾਉਣੀ ਹੈ ਕਿਸਾਨ ਵੀਰੋ, ਫਿਰ ਸੁਹਾਗਾ ਮਾਰਾਂਗੇ ਦੋਰ ਪਾ ਕੇ ਆਪਾਂ, ਠੀਕ ਆ। ਅਤੇ ਇੱਕ ਖੇਤ ਆਪਣਾ ਇੱਧਰ ਆ, ਇਹ ਜਿਹੜਾ ਖੇਤ ਆ ਇਹਦੇ 'ਚ ਵੀ ਬੀ ਖਿਲਾ ਰਹੇ ਦਾ, ਇਹਨੂੰ ਵੀ ਪਾ ਕੇ ਦੋਰ ਪਾਉਣੀ ਆ। ਤਾਂ ਜਿਹੜਾ ਅਗਲਾ ਖੇਤ ਆ ਕਿਸਾਨ ਵੀਰੋ, ਉੱਥੇ ਕਣਕ ਰਾਤੀ ਦੀ ਆਪਾਂ, ਉਹ ਸਾਹਮਣੇ ਮੋਟਰ ਆ, ਇੱਧਰ ਆਪਣਾ ਕਮਾਦ ਵਗੈਰਾ, ਗੰਨਾ ਵਗੈਰਾ, ਦੇਸੀ ਗੰਨਾ। ਅਤੇ ਦੇਖ ਲਓ ਤੇਰਾਂ ਹਲਾਂ ਦਾ ਵੀ ਕਾਫੀ ਫੇਰਾ ਹੁੰਦਾ ਕਿਸਾਨ ਵੀਰੋ, ਫੇਰਾ ਕਾਫੀ ਵੱਡਾ ਜਾਂਦਾ ਜਿੱਦਾਂ ਵੱਡੀਆਂ ਹਲਾਂ। ਤੇ 2 ਕੁ ਫੇਰੇ ਰਹਿ ਗਏ ਆ ਤਾਂ ਭਾਅ ਜੀ ਨੇ ਲਾ ਕੇ, ਅਤੇ ਫਿਰ ਦੋਹਰ ਪਾਉਣ ਲੱਗ ਪੈਣਾ। ਅਤੇ ਕਹਿੰਦਾ ਮੈਨੇ ਕਿਹਾ ਵੀ ਇਹਨੂੰ ਕੋਸ਼ਿਸ਼ ਕਰਾਂਗੇ ਇਸ ਖੱਤੇ ਨੂੰ ਵੀ ਅਤੇ ਇਸ ਖੱਤੇ ਨੂੰ ਵੀ ਵਾਹ ਕੇ, ਤਾਂ ਨਾਲ ਹੀ ਅੱਜ ਹੀ ਸੁਹਾਗਾ ਮਾਰ ਦਈਏ ਕਿਸਾਨ ਵੀਰੋ, ਤਾਂ ਕੰਮ ਨਿਬੇੜੀਏ। ਤਾਂ ਸਵੇਰੇ ਹੋਏ ਫਿਰ ਉੱਠ ਕੇ ਜੰਦਰਾ ਪਾ ਕੇ ਇਹਦੇ 'ਚ ਬੱਟਾ ਪਾ ਦੇਵਾਂਗੇ, ਬੱਟਾ ਪਾ ਦਾਂਗੇ ਅਤੇ ਆਪਣੇ ਕੰਪਲੀਟ ਹੋ ਜਾਏਗਾ ਕੰਮ। ਫਿਰ ਕਈ ਵਾਰੀ ਇੱਦਾਂ ਹੋ ਜਾਂਦਾ ਕਿਸਾਨ ਵੀਰੋ, ਜਿੱਦਾਂ ਕਈ ਵਾਰੀ ਨਾ ਇੱਦਾਂ ਹੋ ਜਾਂਦਾ ਸਿਸਟਮ ਕਿਸਾਨ ਵੀਰੋ, ਜਿੱਦਾਂ ਆਪਾਂ ਰਾਹ ਲਈ ਆ ਕਣਕ, ਰਾਹ ਕੇ ਸੁਹਾਗਾ ਸੁਹਾਗਾ ਮਾਰ ਲਿਆ ਅਤੇ ਆਪਾਂ ਫਿਰ ਕਹਿੰਦੇ ਹਾਂ ਵੀ ਚੱਲ ਯਾਰ ਜਿਹੜੀਆਂ ਬੱਟਾ ਪਾਣੀਆਂ, ਪਾਣੀ ਪੂਣੀ ਲਾਉਣ ਲਈ ਉਹ ਕੋਈ ਹਫ਼ਤਾ ਠਹਿਰ ਕੇ ਪਾ ਲਾਂਗੇ ਜਾਂ 2-4 ਦਿਨ ਠਹਿਰ ਕੇ ਪਾ ਲਾਂਗੇ। ਕਿਸਾਨ ਵੀਰੋ ਕੋਸ਼ਿਸ਼ ਕਰੇ ਕਰੋ ਬੱਟਾ ਉਸੇ ਟਾਈਮ ਪਾ ਲਓ, ਕਈ ਵਾਰੀ ਇੱਦਾਂ ਹੁੰਦਾ ਅੱਜ ਅਸੀਂ ਰਾਤ ਹੀ ਆ ਕੰਪਲੀਟ ਹੋ ਗਿਆ ਕੰਮ, ਤਾਂ ਹੋ ਸਕਦਾ 2 ਦਿਨ ਬੱਟਾ ਨਾ ਪਾਈਏ ਅਤੇ 3 ਦਿਨ ਬਾਰਿਸ਼ ਪੈ ਜਾਏ ਕਿਸਾਨ ਵੀਰੋ, ਪਰ ਜਦੋਂ ਬਾਰਿਸ਼ ਜ਼ਿਆਦਾ ਪੈ ਗਈ ਤਾਂ ਫਿਰ ਬੱਟਾਂ ਪੈਣੀਆਂ ਹੀ ਨਹੀਂ। ਕਈ ਵਾਰੀ ਤਾਂ ਬੱਟਾਂ ਪੈਂਦੀਆਂ ਨਹੀਂ, ਜਦੋਂ ਰਹਿ ਜਾਂਦੀਆਂ ਤਾਂ ਕਣਕ ਜੰਮ ਗਈ ਅਤੇ ਬੱਟਾਂ ਪਾਓਗੇ ਫਿਰ ਤੁਹਾਡੀ ਕਣਕ ਨਾ ਜ਼ਿਆਦਾ ਪਟੋ ਜਾਂਦੀ ਆ, ਜ਼ਿਆਦਾ ਪਟਾਉਂਦੀ ਆ ਅਤੇ ਜ਼ਿਆਦਾ ਜਿਹੜੀ ਆ ਤੁਹਾਡੀ ਮੀਨਿੰਗ ਟਾਇਰਾਂ ਦੇ ਨਾਲ ਭੱਜ ਵੀ ਜਾਂਦੀ ਆ, ਕਣਕ ਮਿੱਧੀ ਜਾਂਦੀ ਆ। ਅਤੇ ਇਸ ਕਰਕੇ ਕੋਸ਼ਿਸ਼ ਕਰੇ ਕਰੋ ਵੀ ਜਦੋਂ ਬਾਹਲੀ ਰਾਹਲੀ ਸੁਹਾਗਾ ਮਾਰਤਾ ਤਾਂ ਫਿਰ ਬੱਟਾਂ ਵੀ ਲੱਗਦੇ ਹੱਥ, ਇੱਕ ਅੱਧੇ ਦਿਨ 'ਚ ਖਿੱਚ ਦਿਓ ਨਾਲ ਹੀ, ਮੌਸਮ ਦਾ ਕੋਈ ਪਤਾ ਨਹੀਂ ਹੁੰਦਾ, ਬਾਰਿਸ਼ ਆ ਜੇ ਖੇਤ ਗਿੱਲੇ ਹੋ ਜਾਣ ਫਿਰ ਤਾਂ ਬੱਟਾਂ ਕਈ ਵਾਰੀ ਰਹਿ ਹੀ ਜਾਂਦੀਆਂ, ਲੇਟ ਹੋ ਜਾਂਦੀਆਂ, ਬਾਅਦ 'ਚ ਕਣਕ ਭੰਨਣੀ। ਅਤੇ ਆਪਾਂ ਤਾਂ ਕੋਸ਼ਿਸ਼ ਕਰਨੀ ਹੈ ਕਿਸਾਨ ਵੀਰੋ ਬਾਅਦ ਬੱਟਾ ਵੀ ਨਾਲ ਹੀ ਪਾ ਦੇਣੀਆਂ ਸਵੇਰੇ, ਜੇ ਮੌਸਮ ਠੀਕ ਠਾਕ ਰਿਹਾ ਪ੍ਰਭੂ ਦੀ ਕਿਰਪਾ ਰਹੀ ਤੇ। ਅਤੇ ਇਹੋ ਹੀ ਕੁਛ ਕਿਸਾਨ ਵੀਰੋ ਜਾਣਕਾਰੀ ਸੀ, ਅਤੇ ਮਿਲਾਂਗੇ ਫਿਰ ਕਿਸੇ ਨਵੀਂ ਵੀਡੀਓ 'ਚ ਨਵੀਂ ਜਾਣਕਾਰੀ ਦੇ ਨਾਲ। ਤਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਾ ਕਰਦੇ ਹੋਏ ਆਗਿਆ ਲੈਂਦੇ ਹਾਂ ਤੁਹਾਡੇ ਕੋਲੋਂ, ਤਾਂ ਫਿਰ ਆਵਾਂਗੇ ਕੋਈ ਨਵਾਂ ਟੋਪਿਕ ਲੈ ਕੇ ਤੁਹਾਡੇ ਲਈ, ਨਵੀਂ ਵੀਡੀਓ ਲੈ ਕੇ।